ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਇੱਕ ਨਵੇਂ ਵਿਸ਼ੇ ਦੇ ਉੱਤੇ ਚੁੰਝ ਚਰਚਾ ਕਰਨ ਦੇ ਲਈ ਹਾਜ਼ਰ ਹਾਂ ਕਿਸੇ ਵੀ ਬੰਦੇ ਨੂੰ ਤੋਲ ਕੇ ਬੋਲਣਾ ਚਾਹੀਦਾ ਜਿਹੜਾ ਬੰਦਾ ਬੋਲਣਾ ਜਾਣਦਾ ਹੋਵੇ ਜਿਹੜੇ ਬੰਦੇ ਨੂੰ ਲਿਖਣ ਦਾ ਵੱਲ ਹੋਵੇ ਉਹਦੇ ਉੱਤੇ ਜ਼ਿੰਮੇਵਾਰੀਆਂ ਆਮ ਬੰਦੇ ਨਾਲੋਂ ਵੀ ਵੱਧ ਜਾਂਦੀਆਂ ਖਾਸ ਕਰਕੇ ਜਦੋਂ ਬੰਦਾ ਮਸ਼ਹੂਰ ਹਸਤੀ ਹੋਵੇ ਉਹਨੂੰ ਤੋਲ ਕੇ ਹੋਰ ਜ਼ਿਆਦਾ ਬੋਲਣਾ ਪੈਂਦਾ ਵੈਸੇ ਤਾਂ ਸਿਆਣੇ ਇਹ ਗੱਲ ਕਹਿੰਦੇ ਆ ਕਿ ਬੰਦਾ ਬੋਲਣਾ ਸਿੱਖ ਜਾਂਦਾ ਛੋਟੀ ਉਮਰ ਦੇ ਵਿੱਚ ਹੀ ਪਰ ਕਿਹੜੀ ਮੌਕੇ ਦੇ ਉੱਤੇ ਕੀ ਬੋਲਣਾ ਇਹ ਕਈਆਂ ਨੂੰ ਆਖਰੀ ਸਾਹ ਤੱਕ ਵੀ ਪਤਾ ਨਹੀਂ ਲੱਗਦਾ ਪਰ ਫਿਰ ਵੀ ਜ਼ਿੰਮੇਵਾਰ ਹਰ ਵਿਅਕਤੀ ਨੂੰ ਤੋਲ ਕੇ ਬੋਲਣਾ ਚਾਹੀਦਾ ਆਪਣਾ ਫਰਜ਼ ਸਮਝਣਾ ਚਾਹੀਦਾ ਕਿ ਮੈਂ ਕਿਸੇ ਧਰਮ ਦੇ ਬਾਰੇ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਕਿਹੜੇ ਸ਼ਬਦ ਮੂੰਹ ਦੇ ਵਿੱਚੋਂ ਕੱਢਦਾ ਤੇ ਜਿਹੜੇ ਉਸ ਵਿਅਕਤੀ ਦੇ ਨਾਲ ਜੁੜੇ ਹੋਏ ਲੋਕ ਹੋਣਗੇ ਜਿਹੜੇ ਉਸ ਧਰਮ ਦੇ ਨਾਲ ਜੁੜੇ ਹੋਏ ਲੋਕ ਹੋਣਗੇ ਉਹਨਾਂ ਦੇ ਮਨ ਦੇ ਉੱਤੇ ਕੀ ਅਸਰ ਪਾਊਗਾ ਜਦੋਂ ਅਸੀਂ ਪੰਜਾਬੀ ਕਲਾਕਾਰਾਂ ਦੀ ਜਾਂ ਪੰਜਾਬੀ ਗੀਤਕਾਰਾਂ ਦੀ ਜਾਂ ਪੰਜਾਬ ਦੇ ਰਾਜਨੀਤਿਕ ਲੋਕਾਂ ਦੀ ਜਾਂ ਪੱਤਰਕਾਰਾਂ ਦੀ ਗੱਲ ਕਰਦੇ ਆ ਤਾਂ ਕਈ ਵਾਰ ਬਹੁਤ ਕੰਮ ਕਰਨ ਵਾਲੇ ਲੋਕ ਆ ਜਿਹੜੇ ਉਹ ਇੱਕਦਮ ਕੋਈ ਨਾ ਕੋਈ ਵਿਵਾਦ ਸਹਿੜ ਲੈਂਦੇ ਆ ਜਿਵੇਂ ਕਿ ਗੁਰਦਾਸ ਮਾਨ ਗੁਰਦਾਸ ਮਾਨ ਨੇ ਬਹੁਤ ਚੰਗੇ ਗੀਤ ਗਾਏ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਉਹਨੇ ਵਕਤ ਦੇ ਝਖੜਾਂ ਦੇ ਵਿੱਚ ਚੰਗੇ ਗੀਤਾਂ ਨਹੀਂ ਪੇਸ਼ਕਾਰੀ ਕੀਤੀ ਜਦੋਂ ਝਖੜ ਪੌਪ ਤੇ ਰੈਪ ਵਾਲੇ ਚੱਲਦੇ ਆ ਜਦੋਂ ਹੋਰ ਕਈ ਤਰਾਨੀਆਂ ਹਨੇਰੀਆਂ ਆਈਆਂ ਤਾਂ ਗੁਰਦਾਸ ਮਾਨ ਨੇ ਚੰਗੇ ਗੀਤ ਗਾਏ ਇਹਦੇ ਵਿੱਚ ਕੋਈ ਤੱਥ ਬਦਲੇ ਨਹੀਂ ਜਾ ਸਕਦਾ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਉਹਨੇ ਚੰਗਾ ਗਾ ਕੇ ਮਾਨ ਵੀ ਖਟਿਆ ਤੇ ਪੰਜਾਬੀਆਂ ਨੇ ਉਹਨੂੰ ਉਹਦੇ ਨਾਲੋਂ ਦੁੱਗਣਾ ਚੌਗਣਾ 5 ਗੁਣਾ ਵੱਧ ਮਾਨ ਦਿੱਤਾ ਉਹਨੇ ਇਹ ਚੰਗਾ ਗਾ ਕੇ ਕੇ ਪੈਸਾ ਵੀ ਕਮਾਇਆ ਤੇ ਲੋਕਾਂ ਦਾ ਪਿਆਰ ਵੀ ਖਟਿਆ ਪਰ ਪਿਛਲੇ ਕੁਝ ਕੁ ਵਰਿਆਂ ਦੇ ਵਿੱਚ ਗੁਰਦਾਸ ਮਾਨ ਜਿਸ ਤਰੀਕੇ ਦੇ ਬਿਆਨ ਦੇ ਰਿਹਾ ਜਿਸ ਤਰੀਕੇ ਨਾਲ ਅਖੜਤਾ ਦੇ ਨਾਲ ਉਹ ਪੇਸ਼ ਆ ਰਿਹਾ ਉਹਦੇ ਉੱਤੇ 100 ਕਿਸਮ ਦੇ ਸਵਾਲ ਖੜੇ ਹੋਏ ਆ ਤੇ ਹੁਣ ਇਹ ਕੁਦਰਤੀ ਵੀ ਆ ਜੇ ਤਾਂ ਕੋਈ ਹੋਵੇ ਹੋਰ ਗਾਇਕ ਅੱਜ ਪੈਦਾ ਹੋਇਆ ਕੱਲ ਨੂੰ ਉਹਦਾ ਪਤਾ ਕੋਈ ਨਹੀਂ ਵੀ ਉਹਨੇ ਕੀ ਗਾ ਦੇਣਾ ਕਿੱਧਰ ਨੂੰ ਚਲੇ ਜਾਣਾ ਉਹਦੇ ਉੱਤੇ ਘੱਟ ਗੁੱਸਾ ਆਉਂਦਾ ਪਰ ਜਦੋਂ ਇੱਕ ਬਾਬਾ ਗਾਇਕ ਜਿਹਨੂੰ ਲੋਕ ਵੜਿਆ ਵੜਿਆ ਕੇ ਆਪਦੇ ਆਪ ਕੀ ਮਾਨ ਮਹਿਸੂਸ ਕਰੀ ਜਾਣ ਕਿ ਬਾਬਾ ਗਾਇਕ ਹੈ ਇਹਦੇ ਵਰਗਾ ਹੈ ਕੋਈ ਨਹੀਂ ਇਹ ਤਾਂ ਜੀ ਦੁਨੀਆਵੀ ਗੱਲਾਂ ਤੋਂ ਬੜਾ ਉੱਤੇ ਉੱਠਿਆ ਉਸ ਬੰਦੇ ਦੇ ਉੱਤੇ ਇਤਰਾਜ਼ ਹੋਣਾ ਆਮ ਨਾਲੋਂ ਵੱਧ ਕੁਦਰਤੀ ਹੈ ਗੁਰਦਾਸ ਮਾਨ ਕੈਨੇਡਾ ਦੇ ਵਿੱਚ ਗਿਆ ਆਪਾਂ ਜਾਣਦੇ ਹਾਂ ਉਥੇ ਜਾ ਕੇ ਉਹਨੇ ਪੰਜਾਬੀ ਤੇ ਹਿੰਦੀ ਬੋਲੀ ਵਾਲੀ ਗੱਲ ਕੀਤੀ ਕਈ ਲੋਕਾਂ ਨੇ ਇਹ ਗੱਲ ਕਹੀ ਜੀ ਕਿ ਸਮਝ ਨਹੀਂ ਆਏਗੀ ਆਮ ਲੋਕਾਂ ਨੂੰ ਕਈਆਂ ਨੇ ਇਹ ਗੱਲ ਕਹੀ ਕਿ ਗੁਰਦਾਸ ਮਾਨ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਜਦੋਂ ਵੱਡਾ ਸ਼ੋਅ ਚੱਲ ਰਿਹਾ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਤੇ ਗੁਰਦਾਸ ਮਾਨ ਮੰਚ ਤੋਂ ਗੀਤਾਂ ਦੀ ਪੇਸ਼ਕਾਰੀ ਕਰ ਰਿਹਾ ਤਾਂ ਕੁਝ ਕੁ ਪੰਜਾਬੀ ਪ੍ਰੇਮੀ ਹੱਥ ਦੇ ਵਿੱਚ ਗੁਰਦਾਸ ਮਾਨ ਮਾਫੀ ਮੰਗੇ ਜਾਂ ਕੁਝ ਕੁ ਹੋਰ ਇਹੋ ਜਿਹੀਆਂ ਗੱਲਾਂ ਲਿਖ ਕੇ ਤੇ ਆਪਣਾ ਪ੍ਰਦਰਸ਼ਨ ਕਰ ਰਹੇ ਸ਼ਾਂਤਮਈ ਉਦੋਂ ਗੁਰਦਾਸ ਮਾਨ ਬੱਤੀ ਵਾਲੀ ਗੱਲ ਕਰਦਾ ਬਹੁਤ ਮਾੜੀ ਗੱਲ ਕੀਤੀ ਇੱਕ ਬਾਬੇ ਗਾਇਕ ਤੋਂ ਤਾਂ ਇਸ ਗੱਲ ਦੀ ਬਿਲਕੁਲ ਨਹੀਂ ਆਸ ਕਰਨੀ ਵੜਦੀ ਸੋ ਉਹਨੇ ਇਹ ਗੱਲਾਂ ਕਹਿ ਕੇ ਇੱਕ ਨਵਾਂ ਵਿਵਾਦ ਸਿਹੜ ਲਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵਾਪਸ ਪਰਤਿਆ ਕਦੇ ਵੀ ਉਹਦੇ ਵੱਲੋਂ ਮਾਫੀ ਦੀ ਗੱਲ ਨਹੀਂ ਕੀਤੀ ਗਈ ਗਲਤੀ ਕਿਸੇ ਬੰਦੇ ਤੋਂ ਹੋ ਜਾਂਦੀ ਹੈ ਮੇਰੇ ਤੋਂ ਵੀ ਹੋ ਸਕਦੀ ਹੈ ਤੁਹਾਡੇ ਤੋਂ ਵੀ ਹੋ ਸਕਦੀ ਹੈ ਵੱਡੇ-ਵੱਡੇਰਿਆਂ ਤੋਂ ਵੀ ਹੋ ਸਕਦੀ ਹੈ ਪਰ ਜੇਕਰ ਗਲਤੀ ਹੋ ਗਈ ਤਾਂ ਮਾਫੀ ਮੰਗ ਕੇ ਤੇ ਆਪਣੇ ਆਪ ਨੂੰ ਦਰੁਸਤ ਕਰ ਲੈਣਾ ਚਾਹੀਦਾ ਹੈ ਤੇ ਮਾਫੀ ਤੋਂ ਵੱਡਾ ਸੰਕਲਪ ਵੀ ਕੋਈ ਨਹੀਂ ਬਹੁਤ ਵੱਡੇ ਵੱਡੇ ਮਸਲੇ ਖੜੇ ਹੁੰਦੇ ਆ ਮਾਫੀ ਵਰਗੀ ਨਹੀਂ ਕੋਈ ਨਹੀਂ ਮਾਫੀ ਵਰਗਾ ਸੰਕਲਪ ਕੋਈ ਨਹੀਂ ਪਰ ਗੁਰਦਾਸ ਮਾਨ ਨੇ ਕਦੇ ਮਾਫੀ ਮੰਗੀ ਨਹੀਂ ਸਗੋਂ ਉਹਨੇ ਆਪਣੇ ਆਪ ਨੂੰ ਸਹੀ ਦਰਸਾਉਣ ਦੇ ਲਈ ਹਮੇਸ਼ਾ ਕੋਸ਼ਿਸ਼ ਕੀਤੀ ਹੈ ਇਹ ਗੱਲਾਂ ਸਾਰੀਆਂ ਤਾਂ ਚੇਤੇ ਦੇ ਵਿੱਚ ਆ ਰਹੀਆਂ ਤਾਂ ਚੇਤੇ ਦੇ ਵਿੱਚ ਗੂੰਜੀਆਂ ਕਿਉਂਕਿ ਗੁਰਦਾਸ ਮਾਨ ਨੇ ਇੱਕ ਨਵਾਂ ਵਿਵਾਰ ਸਿਹੜ ਲਿਆ ਕੋਈ ਕਿਸੇ ਡੇਰੇ ਦੇ ਵਿੱਚ ਜਾਂਦਾ ਅਸੀਂ ਨਿੱਜੀ ਤੌਰ ਦੇ ਉੱਤੇ ਕਦੇ ਵੀ ਉਹਦੇ ਉੱਤੇ ਕਿੰਤੂ ਨਹੀਂ ਕਰਦੇ ਹਾਲਾਂਕਿ ਡੇਰੇਦਾਰਾਂ ਦੇ ਹੱਕ ਦੇ ਵਿੱਚ ਨਹੀਂ ਅਸੀਂ ਪਰ ਕਿਸੇ ਨੂੰ ਕਿਵੇਂ ਰੋਕ ਸਕਦੇ ਹਾਂ ਵੀ ਜੇ ਕੋਈ ਡੇਰੇ ਦੇ ਵਿੱਚ ਜਾਂਦਾ ਉਹਨੂੰ ਬਾਹੋਂ ਫੜ ਕੇ ਤਾਂ ਭਲਾ ਨਹੀਂ ਸਕਦੇ ਉਹਨੂੰ ਬੇਨਤੀ ਕਰ ਸਕਦੇ ਹਾਂ ਮੀਡੀਆ ਰਾਹੀਂ ਸੁਨੀਹਾਂ ਦੇ ਸਕਦੇ ਹਾਂ ਪਰ ਫਿਰ ਵੀ ਜਿਹੜਾ ਜਿੱਥੇ ਜਾਂਦਾ ਉਹਨੂੰ ਉੱਥੇ ਚੱਲੋ ਕੋਈ ਗੱਲ ਨਹੀਂ ਅਧਿਕਾਰ ਹੋ ਸਕਦਾ ਇਹ ਉਹਦੀ ਨਿੱਜੀ ਮਰਜ਼ੀ ਦਾ ਹਿੱਸਾ ਹੋ ਸਕਦਾ ਪਰ ਜੇਕਰ ਤੁਸੀਂ ਕਿਸੇ ਡੇਰੇਦਾਰ ਦੇ ਡੇਰੇ 'ਚ ਜਾਂਦੇ ਜਾਂਦੇ ਇੰਨੇ ਕ ਰੰਗ ਦੇ ਵਿੱਚ ਰੰਗੇ ਜਾਓ ਵੀ ਆਪਣੇ ਗੀਤਾਂ ਦੇ ਵਿੱਚ ਵੀ ਸਾਈਂ ਦੀ ਗੱਲ ਕਰੂੰ ਆਪਣੇ ਗੀਤਾਂ ਦੇ ਵਿੱਚ ਵੀ ਉਹਦੀ ਮਹਿਮਾ ਦਾ ਗੁਣਗਾਨ ਕਰੂੰ ਤੇ ਆਪਣੇ ਗੀਤਾਂ ਦੀ ਪੇਸ਼ਕਾਰੀ ਕਰਨੇ ਕਰਦੇ ਮੰਚ ਦੇ ਉੱਤੇ ਗੁਰੂ ਸਾਹਿਬਾਨ ਦੇ ਨਾਲ ਤਸ਼ਮੀਹਾਂ ਦੇਣ ਲੱਗ ਪਾਉ ਇਹਦੇ ਉੱਤੇ ਇਤਰਾਜ਼ ਕਿਹੜੀ ਗੱਲੋਂ ਨਾ ਹੋਵੇ ਜਿਹੜੀ ਹੁਣ ਪਿਛਲੇ ਕੁਝ ਘੰਟਿਆਂ ਤੋਂ ਵੀਡੀਓ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਗੁਰਦਾਸ ਮਾਨ ਦਾ ਉਹ ਰੂਪ ਸਾਹਮਣੇ ਆ ਰਿਹਾ ਜਿਹਦੇ ਬਾਬਤ ਅਸੀਂ ਪਹਿਲਾਂ ਕਦੇ ਸੁਣਿਆ ਜਾਣਿਆ ਨਹੀਂ ਸੀ ਗੁਰਦਾਸ ਮਾਨ ਇਹ ਗੱਲ ਕਹਿ ਰਿਹਾ ਕਿ ਗੁਰੂ ਅਮਰਦਾਸ ਜੀ ਦੇ ਵੰਸ਼ ਦੇ ਵਿੱਚੋਂ ਨੇ ਮੇਰੇ ਡੇਰੇ ਦੇ ਸਾਈਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਉਹ ਇਹ ਗੱਲ ਕਹਿੰਨੇ ਕਿ ਮੇਰੇ ਡੇਰੇ ਦੇ ਸਾਈਆਂ ਜਿਹੜੇ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਵੰਸ਼ ਦੇ ਵਿੱਚੋਂ ਨੇ ਹੁਣ ਕਿਹੜੀ ਸਿੱਖ ਇਤਿਹਾਸ ਦੀ ਕਿਤਾਬ ਦੇ ਵਿੱਚ ਇਹ ਲਿਖਿਆ ਕਿਹੜੀ ਥਾਂ ਦੇ ਉੱਤੇ ਇਹ ਗੱਲ ਦਰਜ ਕੀਤੀ ਗਈ ਹੈ ਗੁਰਦਾਸ ਮਾਨ ਨੇ ਕਿਹੜੀ ਅਸੀਂ ਕਿਤਾਬ ਪੜ੍ਹੀ ਹੈ ਗੁਰਦਾਸ ਮਾਨ ਨੂੰ ਕਿਹਨੇ ਇਹ ਸਮਝਾਉਣੀ ਦਿੱਤੀ ਹੈ ਉਹਨੇ ਕਿੱਥੋਂ ਇਹ ਗੱਲ ਖੋਜ ਦੇ ਰੂਪ ਦੇ ਵਿੱਚ ਬਾਹਰ ਕੱਢ ਕੇ ਲਿਆਂਦੀ ਆ ਉਹਨੂੰ ਇਸ ਗੱਲ ਦੇ ਉੱਤੇ ਮਾਮਲਾ ਕਲੀਅਰ ਕਰਨਾ ਚਾਹੀਦਾ ਅਸੀਂ ਇਹ ਨਹੀਂ ਚਾਹੁੰਦੇ ਵੀ ਭਾਈ ਗੁਰਦਾਸ ਮਾਨ ਨੂੰ ਗਾਲਾਂ ਕੱਢੀਆਂ ਜਾਣ ਜਿਹੜੇ ਵੀ ਲੋਕ ਅਪਸ਼ਬਦਾਂ ਦੀ ਵਰਤੋਂ ਕਰਦੇ ਆ ਉਹਨਾਂ ਨੂੰ ਵੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਵੀ ਤੋਲ ਕੇ ਬੋਲਣਾ ਚਾਹੀਦਾ ਅਸੀਂ ਵਿਚਾਰ ਧਾਰਕ ਤੌਰ ਤੇ મતਭੇਦ ਰੱਖਦੇ ਆ ਇਹ ਗੱਲ મતਭੇਦਾਂ ਦੇ ਤੱਕ ਹੀ ਸੀਮਤ ਰਹਿਣੀ ਚਾਹੀਦੀ ਆ ਅਸੀਂ ਉਹਨੂੰ ਗਲਤ ਠਹਿਰਾ ਸਕਦੇ ਆ ਆਪਣੇ ਤੱਥਾਂ ਦੇ ਨਾਲ ਪਰ ਜੇਕਰ ਕੋਈ ਅਪਸ਼ਬਦਾਂ ਦੀ ਵਰਤੋਂ ਕਰੇ ਧੀ ਭੈਣ ਦੀਆਂ ਗਾਲਾਂ ਕੱਢੇ ਇਹ ਬਹੁਤ ਮਾੜੀ ਗੱਲ ਆ ਕੋਈ ਕਿਸੇ ਨੂੰ ਵੀ ਨਾ ਕੱਢੇ ਅਸੀਂ ਤਾਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦੇ ਆ ਪਰ ਗੁਰਦਾਸ ਮਾਨ ਦੇ ਕੋਲੇ ਤਰਕ ਕੀ ਐ ਇਸ ਮਾਮਲੇ ਦੇ ਉੱਤੇ ਆਮ ਤੌਰ ਦੇ ਉੱਤੇ ਗੁਰਦਾਸ ਮਾਨ ਹੋਰਾਂ ਦੀ ਆਰਤ ਦਾ ਇੱਕ ਹਿੱਸਾ ਕਿ ਜਦੋਂ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਹੋ ਜਾਂਦਾ ਉਹ ਚੁੱਪ ਕਰ ਜਾਂਦੇ ਆ ਉਸ ਮੁੱਦੇ ਦੇ ਉੱਤੇ ਉੱਤਰ ਨਹੀਂ ਦਿੰਦੇ ਜੇਕਰ ਬੰਦਾ ਉਸ ਵਿਵਾਦ ਦੇ ਉੱਤੇ ਉੱਤਰ ਦੇ ਦੇਵੇ ਵੀ ਭਾਈ ਆਹ ਗੱਲ ਐਸ ਕਰਕੇ ਹੋਈ ਆ ਮੈਂ ਇੱਥੋਂ ਪੜਿਆ ਇਹਦੇ ਪਿੱਛੇ ਆਹ ਤਰਕਾ ਹੋ ਸਕਦਾ ਕੋਈ ਉਹਦੇ ਨਾਲ ਸਹਿਮਤ ਹੋ ਜਾਏ ਹੋ ਸਕਦਾ ਕੋਈ ਅਸਹਿਮਤ ਵੀ ਹੋਵੇ ਪਰ ਗੁਰਦਾਸ ਮਾਨ ਨੇ ਇਸ ਵਿਸ਼ੇ ਦੇ ਉੱਤੇ ਹਾਲੇ ਤੱਕ ਕੁਝ ਬੋਲਿਆ ਨਹੀਂ ਗੁਰਦਾਸ ਮਾਨ ਦੇ ਇਸ ਬਿਆਨ ਦੇ ਉੱਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਗੁਰਦਾਸ ਮਾਨ ਦੀ ਵਿਰੋਧਤਾ ਕਰ ਰਹੇ ਆ ਤੇ ਪਤਾ ਇਹ ਵੀ ਲੱਗਾ ਕਿ ਮੰਗਲਵਾਰ ਨੂੰ ਯਾਨੀ ਕਿ ਭਲਕੇ ਨਕੋਦਰ ਦੇ ਥਾਣੇ ਦੇ ਬਾਹਰ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਣਾ ਵੀ ਗੁਰਦਾਸ ਮਾਨ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਝੜਕਾਉਣ ਦਾ ਪਰਚਾ ਦਰਜ ਕੀਤਾ ਜਾਵੇ ਉਹਨੂੰ ਇਸ ਮਾਮਲੇ ਦੇ ਉੱਤੇ ਗ੍ਰਿਫਤਾਰ ਕੀਤਾ ਜਾਵੇ ਪਤਾ ਨਹੀਂ ਅਗਲੇਰੀ ਕਾਰਵਾਈ ਕੀ ਹੋਣੀ ਆ ਇਹਦੇ ਬਾਬਤ ਆਪਾਂ ਕੋਈ ਭਵਿੱਖਬਾਣੀ ਨਹੀਂ ਕਰ ਸਕਦੇ ਪਰ ਗੁਰਦਾਸ ਮਾਨ ਵਰਗਾ ਮੰਝਿਆ ਹੋਇਆ ਵਿਅਕਤੀ ਗੁਰਦਾਸ ਮਾਨ ਵਰਗਾ ਉਹ ਬੰਦਾ ਜਿਹੜਾ ਕਹਿੰਦਾ ਕਿ ਮੈਂ ਸਾਹਿਤ ਦੇ ਵਿੱਚ ਰਿਆਂ ਉਹਨੂੰ ਇਹੋ ਜੇ ਸ਼ਬਦ ਮੂੰਹ ਦੇ ਵਿੱਚੋਂ ਕੱਢਣ ਦੀ ਲੋੜ ਕੀ ਪਈ ਆ ਉਹਨੂੰ ਇਹ ਸਾਰੀਆਂ ਗੱਲਾਂ ਕਿਉਂ ਕਰਨੀਆਂ ਪੈਣੀਆਂ ਕੁਝ ਕੁ ਲੋਕੇ ਵੀ ਗੱਲ ਕਹਿੰਦੇ ਆ ਗੁਰਦਾਸ ਮਾਨ ਚਰਚਾ ਦੇ ਵਿੱਚ ਰਹਿਣ ਦੇ ਲਈ ਸਾਰਾ ਕੁਝ ਕਰਦਾ ਪਰ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿਉਂਕਿ ਚਰਚਾ ਉਹਦੀ ਇਸ ਤੋਂ ਪਹਿਲਾਂ ਹੀ ਸਮੇਂ-ਸਮੇਂ ਦੇ ਉੱਤੇ ਚੰਗੇ ਗਾਣੇ ਗਾਉਣ ਦੇ ਕਰਕੇ ਬਹੁਤ ਹੋਈ ਇਹ ਗੱਲ ਵੱਖਰੀ ਹੈ ਵੀ ਉਮਰ ਦੇ ਇਸ ਪੜਾਅ ਦੇ ਉੱਤੇ ਆ ਕੇ ਗੁਰਦਾਸ ਮਾਨ ਲੀਹੋਂ ਲੱਥੀਆਂ ਗੱਲਾਂ ਦੀ ਪੇਸ਼ਕਾਰੀ ਵੀ ਕਰਨ ਲੱਗ ਪਿਆ ਵਿਅਕਤੀ ਵਿਸ਼ੇਸ਼ ਦੇ ਉੱਤੇ ਅਸੀਂ ਉਹਦੇ ਤੇ ਕੋਈ ਨਿੱਜੀ ਅਟੈਕ ਨਹੀਂ ਕਰਦੇ ਕੋਈ ਹਮਲਾ ਨਹੀਂ ਕਰਨਾ ਚਾਹੀਦਾ ਪਰ ਜੇਕਰ ਇੱਕ ਸੀਨੀਅਰ ਕਲਾਕਾਰ ਇੱਕ ਸੀਨੀਅਰ ਵਿਅਕਤੀ ਜਿਹਨੂੰ ਵੱਡੀ ਗਿਣਤੀ ਦੇ ਵਿੱਚ ਬਾਬਾ ਕਹਿ ਕੇ ਲੋਕ ਵੜਿਆਉਂਦੇ ਰਹੇ ਆ ਉਹਦੇ ਵੱਲੋਂ ਇਹੋ ਜੀਆਂ ਗੱਲਾਂ ਕੀਤੀਆਂ ਜਾਣੀਆਂ ਤੇ ਫਿਰ ਤਾਂ ਅਸੀਂ ਪੰਜਾਬ ਦੇ ਬਾਕੀ ਰਾਜਨੀਤਿਕ ਲੋਕਾਂ ਦੇ ਨਾਲ ਹੀ ਤੁਲਨਾ ਕਰ ਸਕਦੇ ਹਾਂ ਵੀ ਜਿਵੇਂ ਉਹ ਕੁਝ ਵੀ ਕਹਿ ਜਾਂਦੇ ਆਵੇਂ ਗੁਰਦਾਸ ਮਾਨ ਵੀ ਕੁਝ ਵੀ ਕਹਿ ਦਿੰਦਾ ਕੋਈ ਇਸ ਵਕਤੇ ਗੱਲ ਕਹਿਣਾ ਕਿ ਭਾਈ ਮੇਰੇ ਵਰਗਾ ਹੀਰੋ ਕੋਈ ਨਹੀਂ ਗੁਰਦਾਸ ਮਾਨ ਕਹਿੰਦਾ ਵੀ ਭਾਈ ਮੇਰੇ ਸਾਈਂ ਵਰਗਾ ਹੋਰ ਕੋਈ ਨਹੀਂ ਤੋ ਇਹੋ ਜੀਆਂ ਜਦੋਂ ਗੱਲਾਂ ਕੀਤੀਆਂ ਜਾਂਦੀਆਂ ਤਾਂ ਲੋਕਾਂ ਦੇ ਮਨਾਂ ਵਿੱਚ ਗੁੱਸੇ ਦੀ ਲਹਿਰ ਪ੍ਰਚੰਡ ਹੋਣੀ ਕੁਦਰਤੀ ਹੈ ਮੈਂ ਅਕਸਰ ਹੀ ਗੱਲ ਕਹਿਣਾ ਹੁੰਦਾ ਕਿ ਪੰਜਾਬੀਆਂ ਦਾ ਵੱਡਾ ਹਿੱਸਾ ਉਲਾਰਵਾਦੀ ਬਹੁਤ ਹੈ ਅੱਜ ਜੇਕਰ ਕਿਸੇ ਦੇ ਦੋ ਭਾਸ਼ਣ ਚੰਗੇ ਲੱਗੇ ਉਹਨੂੰ ਕਹਿ ਦਿੰਦਾ ਜੀ ਇਹਨੂੰ ਤਾਂ ਹੁਣ ਪੰਜਾਬ ਦੇ ਵਿੱਚ ਬਹੁਤ ਵੱਡਾ ਨੇਤਾ ਬਣ ਜਾਣਾ ਚਾਹੀਦਾ ਜੇ ਕਿਸੇ ਦੇ ਦੋ ਗਾਣੇ ਚੰਗੇ ਲੱਗੇ ਉਹਨੂੰ ਕਹਿ ਦਿੰਦਾ ਉਸਤਾਦ ਬਣ ਜਾਣਾ ਚਾਹੀਦਾ ਜੇ ਕਿਸੇ ਦੇ 10 ਗਾਣੇ 20 ਗਾਣੇ 50 ਗਾਣੇ ਚੰਗੇ ਲੱਗੇ ਉਹਨੂੰ ਅਸੀਂ ਬਾਬਾ ਮੰਨ ਬੈਨੇ ਆ ਕੋਈ ਬਾਬਾ ਨਹੀਂ ਇੱਥੇ ਬਾਬਾ ਨਾਨਕਾ ਸਾਨੂੰ ਬਾਬੇ ਦੀ ਪਰਭਾਸ਼ਾ ਗੁਰੂ ਦੀ ਪਰਭਾਸ਼ਾ ਅਸਲ ਅਰਥਾਂ ਦੇ ਵਿੱਚ ਉਸਤਾਦ ਦੀ ਪਰਭਾਸ਼ਾ ਅਸਲ ਅਰਥਾਂ ਦੇ ਵਿੱਚ ਸਮਝਣੀ ਚਾਹੀਦੀ ਆ ਅਸੀਂ ਪੜਦੇ ਲਿਖਦੇ ਨਹੀਂ ਜਿਹਦੇ ਕਰਕੇ ਕਿਸੇ ਦੇ ਉੱਤੇ ਵੀ ਡੋਲ ਜਾਨੇ ਆ ਜੇਕਰ ਅਸੀਂ ਦੁਨੀਆ ਭਰ ਦਾ ਗਿਆਨ ਹਾਸਲ ਕਰਨਾ ਤਾਂ ਸਾਨੂੰ ਦੁਨੀਆ ਭਰ ਦੀਆਂ ਚੀਜ਼ਾਂ ਪੜ੍ਹਨੀਆਂ ਪੈਣਗੀਆਂ ਜਿੰਨੇ ਸਾਡੇ ਦਿਮਾਗ ਦੇ ਵਿੱਚ ਵੱਧ ਤੋਂ ਵੱਧ ਗਿਆਨ ਦੇ ਭੰਡਾਰ ਹੋਣਗੇ ਉਹਨਾਂ ਅਸੀਂ ਕਿਸੇ ਤੋਂ ਵੱਧ ਉਮੀਦ ਕਰਾਂਗੇ ਜਾਂ ਉਹਨੂੰ ਆਪਣੇ ਤਰਕ ਦੇ ਨਾਲ ਨਿਰਉਤਰ ਕਰ ਸਕਾਂਗੇ ਪਰ ਅਸੀਂ ਕਿਸੇ ਦੇ ਬਾਰੇ ਵੀ ਕੋਈ ਵੀ رائے ਬਣਾ ਲੈਣੇ ਆ ਕਦੇ ਕਿਸੇ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਆ ਕਦੇ ਕਿਸੇ ਨੂੰ ਬੇਰੋੜਾ ਚੰਗਾ ਕਹੀ ਜਾਂਦੇ ਆ ਜਿਹੜੇ ਕੱਲ ਤੱਕ ਗੁਰਦਾਸ ਮਾਨ ਨੂੰ ਬਾਬਾ ਗਾਇਕ ਬਾਬਾ ਗਾਇਕ ਕਹਿੰਦੇ ਸੀ ਅੱਜ ਉਹ ਗੁਰਦਾਸ ਮਾਨ ਦੇ ਬਾਬਤ ਆਲੋਚਨਾਤਮਕ ਗੱਲਾਂ ਕਰ ਰਹੇ ਆ ਇਹ ਉਹਨਾਂ ਦਾ ਅਧਿਕਾਰ ਵੀ ਆ ਕਿਸੇ ਦੀ ਆਲੋਚਨਾ ਕਰਨਾ ਪਰ ਕਿਸੇ ਦੀ ਸਿਫਤ ਨਹੀਂ ਇੰਨੀ ਕਰਨੀ ਚਾਹੀਦੀ ਉਹ ਚੰਗਾ ਗਾਉਂਦਾ ਚੰਗਾ ਕਮਾਉਂਦਾ ਆਪਦੇ ਲਈ ਆਪਦੇ ਪਰਿਵਾਰ ਲਈ ਕਮਾਉਂਦਾ ਗੱਲ ਖਤਮ ਆ ਪਰ ਅਸੀਂ ਕਿਸੇ ਦੇ ਉੱਤੇ ਡੁੱਲਦੇ ਕਿਹੜੀ ਗੱਲਾਂ ਆ ਅਸੀਂ ਪਹਿਲਾਂ ਗੱਡੀਆਂ ਦੇ ਪਿੱਛੇ ਭੱਜਦੇ ਆ ਬਾਦ ਵਿੱਚ ਨਫ਼ਰਤ ਦੇ ਲਈ ਸ਼ਬਦ ਵਰਤਦੇ ਆ ਸ਼ਬਦ ਲੱਭਦੇ ਆ ਗਾਲਾਂ ਕੱਢਦੇ ਆ ਸਾਨੂੰ ਵੀ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਕਿਸੇ ਤੋਂ ਵੀ ਪ੍ਰਭਾਵਿਤ ਹੋਣ ਤੋਂ ਪਹਿਲਾਂ 100 ਵਾਰੀ ਉਹਦੀ ਪਰਚੋਲ ਕਰਨੀ ਚਾਹੀਦੀ ਆ ਕਿਸੇ ਨੇ ਦੋ ਗਾਣੇ ਚੰਗੇ ਗਾਤੇ ਐਵੇਂ ਨਾ ਡੁੱਲ ਜਾਓ ਕਿਸੇ ਨੇ ਚਾਰ ਬਿਆਨ ਲੀਡਰ ਨੇ ਚੰਗੇ ਦਿੱਤੇ ਐਵੇਂ ਨਾ ਡੁੱਲਜੋ ਤੇ ਕਿਸੇ ਪੱਤਰਕਾਰ ਨੇ ਜਾਂ ਕਿਸੇ ਵੀ ਹੋਰ ਵਿਅਕਤੀ ਵਿਸ਼ੇਸ਼ ਨੇ ਚਾਰ ਗੱਲਾਂ ਚੰਗੀਆਂ ਕਰਤੀਆਂ ਉਹਦੇ ਤਾਂ ਵੀ ਬੇਲੋੜਾ ਪ੍ਰਭਾਵਤ ਨਾ ਹੋਵੋ ਕੱਲ ਨੂੰ ਕੋਈ ਪਤਾ ਨਹੀਂ ਕਿਨੇ ਕੀ ਕਰ ਦੇਣਾ ਸੋ ਗੁਰਦਾਸ ਮਾਨ ਦੇ ਵੱਲੋਂ ਗੁਰੂ ਅਮਰਦਾਸ ਜੀ ਦੇ ਵੰਸ਼ ਦੇ ਵਿੱਚੋਂ ਡੇਰਾ ਮੁਖੀ ਨੂੰ ਕਹਿਣਾ ਜਾਂ ਤਾਂ ਕਹਿ ਲਿਆ ਵੀ ਆਪਦੇ ਸਾਈਂ ਨੂੰ ਕਹਿਣਾ ਇਹਦੇ ਉੱਤੇ ਹੈਰਾਨੀ ਵੀ ਹੋਈ ਹੈ ਤੇ ਦੁੱਖ ਹੋਣਾ ਵੀ ਕੁਦਰਤੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਇਸ ਮਾਮਲੇ ਨੇ ਕਿਹੜਾ ਮੋੜ ਕੱਟਣਾ ਇਹ ਵਕਤ ਦੱਸੂਗਾ ਪਰ ਗੁਰਦਾਸ ਮਾਨ ਦੇ ਮੂੰਹੋਂ ਇਹ ਗੱਲਾਂ ਸ਼ੋਭਦੀਆਂ ਨਹੀਂ ਪਤਾ ਨਹੀਂ ਕਿਹੜੇ ਕਾਰਨ ਹੋਣਗੇ ਜਿਹਦੇ ਕਰਕੇ ਉਹ ਇਹ ਗੱਲਾਂ ਕਹਿ ਰਿਹਾ ਪਰ ਉਹਨੂੰ ਇਹਨਾਂ ਗੱਲਾਂ ਦੇ ਉੱਤੇ ਸਾਹਮਣੇ ਆ ਕੇ ਉੱਤਰ ਦੇਣਾ ਚਾਹੀਦਾ ਮੈਂ ਇਹ ਸੋਚ ਰਿਹਾ ਵੀ ਜੇਕਰ ਉਹ ਹਿੰਦੀ ਤੇ ਪੰਜਾਬੀ ਬੋਲੀ ਦੀ ਗੱਲ ਸੀ ਜਿਹੜੀ ਕੀਤੀ ਉਹਨੇ ਉਹਦੇ ਮਾਮਲੇ ਤੇ ਆ ਕੇ ਸਫਾਈ ਦਿੰਦਾ ਵੀ ਮੇਰੇ ਮੂੰਹ ਦੇ ਵਿੱਚੋਂ ਜਿਹੜੇ ਨਿਕਲੇ ਸ਼ਬਦ ਉਹਦੇ ਪਿੱਛੇ ਲੌਜਿਕ ਆ ਤਰਕ ਆ ਤਾਂ ਮਸਲਾ ਹੱਲ ਹੋ ਜਾਣਾ ਸੀ ਉਹ ਬੱਤੀ ਵਾਲੀ ਗੱਲ ਦੇ ਉੱਤੇ ਸਫਾਈ ਦਿੰਦਾ ਗੱਲ ਸ਼ਾਇਦ ਖਤਮ ਹੋ ਜਾਂਦੀ ਉਹ ਹੁਣ ਵੀ ਸਾਹਮਣੇ ਆ ਕੇ ਗੁਰੂ ਅਮਰਦਾਸ ਜੀ ਦੇ ਵੰਸ਼ ਦੇ ਵਿੱਚੋਂ ਕਿਹਾ ਸਾਈਆਂ ਸਾਡਾ ਤੇ ਇਹਦੇ ਉੱਤੇ ਤਰਕ ਦੇ ਨਾਲ ਗੱਲ ਕਰੇ ਸ਼ਾਇਰ ਗੱਲ ਕਿਸੇ ਤਣਪਤਣ ਲੱਗ ਜੇ ਪਰ ਗੁਰਦਾਸ ਮਾਨ ਜਦੋਂ ਨਹੀਂ ਕਰਦਾ ਉਦੋਂ ਵਿਵਾਦ ਪੈਦਾ ਹੁੰਦੇ ਆ ਇਹ ਵਿਵਾਦ ਕਿਹੜੇ ਪਾਸੇ ਨੂੰ ਮੋੜ ਕੱਟਦਾ ਇਹ ਆਉਣ ਵਾਲਾ ਵਕਤ ਦੱਸੂਗਾ ਫਿਰ ਹਾਲ ਇਨੀ ਜਾਣਕਾਰੀ ਹੁਣ ਦਿਓ ਆ ਗਿਆ ਬਹੁਤ ਬਹੁਤ ਮਿਹਰਬਾਨੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ